वकील मलन साहब स्वागत है एस पी मीडिया पंजाब ते। सत श्रीकाल भाजी, धन्यवाद तुहाडा जी। जी वकील साहब, जानना चाहवांगे जिवें पिछले दिनी बेअंत ते लाडी केस सी धनोले वाला, जिहदे विच बेअंत कौर जिहड़ी कनेडा रह रही है जिन्हां दी मां नूं गिरफ्तार कर लिया गया सी। इस तों इलावा एक दूजा केस सी हरचरण पीली भीत यूपी दा, ਤੇ ਇਸ ਦੇ ਨਾਲ ਨਾਲ ਮਨਕੀਰਤ ਔਲਖ ਬਾਰੇ ਵੀ ਤੁਹਾਡੇ ਤੋਂ ਜਾਣਕਾਰੀ ਲੈਣੀ ਚਾਹਾਂਗੇ। ਤੇ ਪਹਿਲਾਂ ਸਵਾਲ ਹੈ ਕਿ ਬੇਅੰਤ ਕੌਰ ਕੈਨੇਡਾ ਵਾਲੇ ਕੇਸ 'ਚ ਜਿੱਥੇ ਉਸਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਸ ਦੇ ਉੱਪਰ ਕਿਹੜੀਆਂ ਕਿਹੜੀਆਂ ਧਾਰਾ ਲੱਗੀਆਂ ਨੇ, ਤੇ ਉਹ ਧਾਰਾਵਾਂ ਜਿਹੜੀਆਂ ਨੇ ਉਸ ਦੇ ਵਿੱਚ ਸਜ਼ਾ ਕਿਸ ਤਰ੍ਹਾਂ ਹੈ, ਕਿੰਨੇ ਸਮੇਂ ਦੀ ਹੈ, ਜਾਂ ਉਸ ਦੇ ਵਿੱਚ ਕੀ ਕੁਛ ਹੈ ਜਿਹੜੀਆਂ ਧਾਰਾ ਲੱਗੀਆਂ ਹੋਈਆਂ ਨੇ? ਭਾਜੀ 420, 306 ਤੇ 34 ਜੀ ਇਹ ਧਾਰਾਂ ਲੱਗੀਆਂ ਨੇ, ਤੇ ਜੇ ਪ੍ਰੂਵ ਹੋ ਜਾਂਦੀ ਹੈ ਤੇ ਉਮਰ ਕੈਦ ਵੀ ਹੋ ਸਕਦੀ ਹੈ। ਜੀ ਔਰ ਇਹ ਵੀ ਮੈਂ ਦਰਸ਼ਕਾਂ ਨੂੰ ਦੱਸਦੇ ਹਾਂ ਕਿ ਆਉਣ ਵਾਲਾ ਫਿਊਚਰ ਬੇਅੰਤ ਦਾ ਬਹੁਤ ਟਾਈਟ ਹੈ, ਜੀ ਕਿਉਂਕਿ ਹੋ ਸਕਦਾ ਉਹਦੇ ਫਾਦਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਜਾਂ ਕਿਸੇ ਉਹਦੇ ਹੋਰ ਰਿਸ਼ਤੇਦਾਰ ਨੂੰ ਜਿਹਦੇ ਨਾਲ ਉਹਦੀ ਫੋਨ ਤੇ ਗੱਲਬਾਤ ਚੱਲਦੀ ਹੈ, ਠੀਕ ਹੈ, ਕਿਉਂਕਿ ਉਹਨਾਂ ਨੂੰ ਕੌਨਸਪੀਰੇਸੀ ਨਾਲ 120 ਵੀ ਹੈਗੀ ਹੈ, ਕਿਉਂਕਿ ਕੌਨਸਪੀਰੇਸੀ ਰਲੀ ਹੈ ਇਹਨਾਂ ਦੀ। ਪਤਾ ਹੈ ਵੀ ਸਾਡੀ ਕੁੜੀ ਤੇ ਪਰਚਾ ਦਰਜ ਹੈ ਔਰ ਇਹਨੇ ਇੱਕ ਕਤਲ ਕੀਤਾ ਔਰ ਇਹ ਅੱਜ ਵੀ ਉਹਨੂੰ ਬਚਾਉਣ ਨੂੰ ਫਿਰਦੇ ਨੇ। ਜਿਨ੍ਹਾਂ ਦਾ ਬੱਚਾ ਮਰਿਆ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦਾ ਕੀ ਹਾਲ ਹੈ, ਤੇ ਤੂੰ ਆਪਣੇ ਬੱਚੇ ਨੂੰ ਜੇ ਬਚਾਉਣੀ ਪਈ ਆ ਫਿਰ ਕਰਤੂਤ ਚੰਗੀ ਸੀ ਤੇ ਉਹਨੂੰ ਲੈ ਜਾਂਦੀ, PR ਕਰਾਉਂਦੀ ਤੇ ਉਹਨੂੰ ਤਲਾਕ ਦੇ ਦਿੰਦੀ। ਜੀ ਸੋ ਗੱਲਾਂ ਨੇ ਬੜੀਆਂ ਜ਼ਿਆਦਾ ਔਰ ਮਤਲਬ ਕੰਮ ਜਿਹੜਾ ਉਹ ਓਫੀਸ਼ਲੀ ਟੈਕਨੀਕਲੀ ਲੀਗਲੀ ਉਹ ਗਲਤ ਹੈ ਔਰ ਇਸ ਕਰਕੇ ਹੁਣ ਇਹ ਸ਼ਿਕੰਜਾ ਕੱਸਿਆ ਜਾਏਗਾ ਔਰ ਇਹਨਾਂ ਲੋਕਾਂ ਨੂੰ ਸਾਹਮਣੇ ਆਉਣਾ ਪਏਗਾ। ਔਰ ਬਹੁਤ ਜਲਦੀ ਤੁਹਾਨੂੰ ਮੈਂ ਕਿਹਾ ਸੀ ਕਿ ਦਸੰਬਰ ਦਾ ਮੈਂ ਮਹੀਨਾ ਦਿੱਤਾ ਹੋਇਆ, ਉਮੀਦ ਹੈ ਉਦੋਂ ਤੱਕ ਬੇਅੰਤ ਕੌਰ ਵਾਪਸ ਆ ਜਾਏਗੀ। ਜੀ ਤੇ ਇਸ ਤੋਂ ਇਲਾਵਾ ਮੱਲਣ ਸਾਹਿਬ, ਗੱਲ ਕਰੀਏ ਆਪਾਂ ਹਰਚਰਨ ਯੂਪੀ ਪੀਲੀਭੀਤ ਦੇ ਨੇੜੇ ਪੂਰਨਪੁਰ ਪਿੰਡ ਤੋਂ ਸੀ, ਤੇ ਉਸ ਮੁੰਡੇ ਦਾ ਵੀ ਇੱਕ ਕੁੜੀ ਸੀ ਜਿੱਥੇ ਕਿ ਦੱਸਿਆ ਜਾਂਦਾ ਕਿ ਉਹਨਾਂ ਦਾ ਆਪਸ ਦੇ ਵਿੱਚ ਦੋਸਤੀ ਸੀ, ਤੇ ਜਿਸ ਦੇ ਚੱਲਦੇ ਇਹ ਕਿਹਾ ਜਾਂਦਾ ਕਿ ਉਸ ਮੁੰਡੇ ਦਾ ਜਿਹਦੀ ਉਮਰ ਥੋੜੀ ਸੀ ਉਸਦਾ ਕਤਲ ਹੋ ਗਿਆ ਸੀ, ਤੇ ਉਸਦੀ 17 ਸਤੰਬਰ ਨੂੰ ਬਰਸੀ ਵੀ ਆ ਰਹੀ ਹੈ। ਕੀ ਕਹਿਣਾ ਚਾਹੋਗੇ ਉਸ ਕੇਸ ਬਾਰੇ? ਉਸ ਕੇਸ 'ਚ ਮੇਰੀ ਕੱਲ ਹੀ ਪਰਿਵਾਰ ਨਾਲ ਗੱਲ ਹੋਈ ਹੈ ਜੀ, ਫਿਰ ਅੱਜ ਹੋਈ ਹੈ ਜੀ, ਦੋ ਤਿੰਨ ਦਿਨ ਪਹਿਲਾਂ ਵੀ ਹੋਈ ਸੀ, ਫਿਰ ਅੱਜ ਦੁਬਾਰਾ ਗੱਲ ਹੋਈ ਹੈ। ਔਰ ਉਸ ਗੱਲ ਦੇ ਮੁਤਾਬਕ ਇਹ ਹੈ ਕਿ ਉਸ ਪਰਿਵਾਰ ਦੀ ਹਲੇ ਵੀ ਪੁਲਿਸ ਸੁਣਵਾਈ ਨਹੀਂ ਕਰ ਰਹੀ, ਉਹ CO ਨੂੰ ਵੀ ਮਿਲ ਕੇ ਆਏ PDP ਜਾ ਕੇ, ਤੇ ਉਹ ਅੱਗੇ ਦੀ ਅੱਗੇ ਗੋਲੀਆਂ ਦੇਈ ਜਾਂਦੇ ਨੇ। ਔਰ ਅਸੀਂ ਹੁਣ ਪਰਿਵਾਰ ਨਾਲ ਮਿਲ ਕੇ ਪਲਾਨ ਕੀਤਾ ਮੈਂ 13 ਜਾਂ 14 ਤਰੀਕ ਨੂੰ, ਮੈਂ ਹੁਣ 3-4 ਦਿਨ ਲਈ ਬਾਹਰ ਜਾਣਾ ਸੀਗਾ ਇਸ ਕਰਕੇ ਥੋੜਾ ਡਿਲੇ ਹੈ, ਤੇ 13-14 ਤਰੀਕ ਨੂੰ ਆਪਾਂ ਇੱਕ ਰਿਮਾਇੰਡਰ ਪਾਉਣਾ ਔਰ ਉਸ ਤੋਂ ਬਾਅਦ ਮਾਨਯੋਗ ਹਾਈਕੋਰਟ 'ਚ ਆਪਾਂ ਆਪਣੀ ਪਟੀਸ਼ਨ ਲਾ ਦੇਣੀ ਹੈ ਜਾ ਕੇ ਲਖਨਊ ਜੀ, ਔਰ ਉਹਦੇ 'ਚ ਫਿਰ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦਾ ਉਹਨਾਂ ਨੂੰ ਗ੍ਰਿਫਤਾਰ ਕਰਾਉਣਾ ਜੀ। ਜੀ ਜਿਸ ਤਰ੍ਹਾਂ ਵਕੀਲ ਮੈਂ ਤੁਹਾਡੇ ਕਿ ਦੋਸ਼ੀ ਅਸੀਂ ਹਾਂਜੀ ਜੀ ਦੋਸ਼ੀਆਂ ਦਾ ਵੀ ਡਿਕਲੇਅਰ ਕਰ ਦਿੰਦਾ ਕਿ ਕੁੜੀ ਦਾ ਚਾਚਾ, ਕੁੜੀ, ਕੁੜੀ ਦੀ ਮਾਂ, ਕੁੜੀ ਦੀ ਦਾਦੀ, ਇਹ 4 ਬੰਦੇ ਜਿਹੜੇ ਆ ਨਾਮਜ਼ਦ ਨੇ, ਇੱਕ ਨਾਮ ਹੋਰ ਵੀ ਹੈ ਪਰ ਹਾਲੇ ਤੱਕ ਇਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਔਰ ਬਹੁਤ ਜਲਦੀ ਕਰ ਲਿਆ ਜਾਏਗਾ ਕਿਉਂਕਿ ਅਸੀਂ ਹੁਣ ਹਾਈਕੋਰਟ ਮੂਵ ਕਰਾਂਗੇ, ਉਂਝ ਤੇ ਸ਼ਾਇਦ ਇਹਨਾਂ ਨੇ ਕਾਬੂ ਨਹੀਂ ਆਉਣ ਜੀ। ਤੇ ਵਕੀਲ ਸਾਹਿਬ ਗੱਲ ਕਰੀਏ, ਜਿਸ ਤਰ੍ਹਾਂ ਇਹ ਵਾਲਾ ਕੇਸ ਸੀ ਕਾਫੀ ਉਲਝਣ ਤਾਣੀ ਵਾਲਾ, ਤੁਹਾਨੂੰ ਕਾਫੀ ਦੂਰ ਵੀ ਜਾਣਾ ਪਿਆ, ਆਪਾਂ ਇਸ ਤੋਂ ਪਹਿਲੇ ਕੇਸ ਦੀ ਗੱਲ ਕਰੀਏ, ਤੁਸੀਂ ਜਿਹੜੀ ਬੇਅੰਤ ਕੌਰ ਹੈ ਉਸਦਾ ਕੋਈ ਮਿਸ਼ਨ ਦਾ ਨਾਮ ਵੀ ਤੁਸੀਂ ਦਿੱਤਾ ਹੋਇਆ ਉਸਨੂੰ ਬਕਾਇਦਾ, ਲੋਕਾਂ ਦੀ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਸੀ ਲੋਕਾਂ ਦੀ ਉਮੀਦ ਜਿਹੜੀ ਘਟਦੀ ਜਾ ਰਹੀ ਸੀ, ਕਿਤੇ ਨਾ ਕਿਤੇ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਸੁਨੀਲ ਮੱਲਣ ਹਵਾ 'ਚ ਤੀਰ ਮਾਰ ਰਹੇ ਨੇ, ਪਰ ਜਿਵੇਂ ਹੀ ਉਹਨਾਂ ਦੀ ਮਾਤਾ ਦੀ ਗ੍ਰਿਫਤਾਰੀ ਦੀ ਗੱਲ ਹੋਈ ਹੈ ਲੋਕਾਂ ਨੂੰ ਉਮੀਦ ਬੱਝੀ ਹੈ, ਉਹਨਾਂ ਨੂੰ ਲੱਗਦਾ ਹੈ ਕਿ ਲਾਡੀ ਧਨੋਲੇ ਨਾਲ ਇਨਸਾਫ ਹੋਵੇਗਾ, ਇਸੇ ਤਰ੍ਹਾਂ ਹੀ ਹਰਚਰਨ ਯੂਪੀ ਵਾਲਾ ਜਿਹੜਾ ਕੇਸ ਹੈ ਉਸ ਦੇ ਵਿੱਚ ਵੀ ਉਮੀਦਾਂ ਲੋਕਾਂ ਨੂੰ ਕਾਫੀ ਜ਼ਿਆਦਾ ਨੇ, ਤੇ ਪ੍ਰਸ਼ਾਸਨ ਵੀ ਲੱਗਿਆ ਹੋਇਆ, ਤੇ ਲਾਡੀ ਧਨੋਲੇ ਦੀ ਗੱਲ ਕੀਤੀ ਜਾਵੇ ਇਸ ਦੇ ਵਿੱਚ ਵੀ ਕਾਫੀ ਲੋਕ ਸਹਿਯੋਗ ਦੇ ਰਹੇ ਨੇ, ਪਰ ਮੁੱਖ ਤੌਰ ਤੇ ਜਿਵੇਂ ਤੁਸੀਂ ਜਦੋਂ ਧਰਨਾ ਦਿੱਤਾ ਗਿਆ ਸੀ ਧਨੋਲੇ ਨੇੜੇ ਤੇ ਉਸ ਤੇ ਤੁਸੀਂ ਬੜਾ ਬਕਾਇਦਾ ਉਸ ਦਿਨ ਪੂਰਾ ਦਿਨ ਉੱਥੇ ਰਹੇ ਸੀ, ਤੇ ਉਸ ਤੋਂ ਬਾਅਦ ਚ ਵੀ ਲਗਾਤਾਰ ਤੁਹਾਨੂੰ ਮੀਡੀਆ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਬੜੇ ਸਵਾਲਾਂ ਦਾ ਵੀ ਤੁਹਾਨੂੰ ਜਵਾਬ ਦੇਣੇ ਪੈਂਦੇ ਨੇ, ਤੁਸੀਂ ਕਹਿ ਲਈਏ ਜਦੋਂ ਜਿਸ ਤੋਂ ਜ਼ਿਆਦਾ ਉਮੀਦਾਂ ਹੁੰਦੀਆਂ ਨੇ ਤਾਂ ਇਹ ਵੀ ਕਲੀਅਰ ਹੈ ਕਿ ਉਸ ਨੂੰ ਸੁਣਨਾ ਵੀ ਬਹੁਤ ਕੁਝ ਪੈਂਦਾ ਹੈ,
ਆਪਾਂ ਗੱਲ ਕਰੀਏ ਹੁਣ ਜਿਵੇਂ ਧਨੌਲੇ ਵਾਲੇ ਦੇ। ਗੰਦ ਜੀ ਲਿਖਦੇ ਆ ਜੀ, ਜੀ ਲੋਕ ਬਹੁਤ ਕੁਝ ਗੰਦ ਲਿਖਦੇ ਨੇ, ਬੇਸਬਰੇ ਨੇ, ਪਰ ਪਤਾ ਨਹੀਂ ਕੀ ਬੋਲਦੇ ਨੇ, ਸਮਝ ਹੈ ਨਹੀਂ ਇਹਨਾਂ ਨੂੰ, ਕੁਛ ਲੋਕਾਂ ਨੂੰ। ਜੀ ਔਰ ਜਿਹੜੇ ਲੋਕ ਸਮਝਦਾਰ ਨੇ, ਜਿਹਨਾਂ ਨੂੰ ਪਤਾ ਹੈ ਵੀ ਇਹ ਸਾਰੀ ਮਸ਼ੀਨਰੀ ਸਰਕਾਰੀ ਪੁਲਿਸ ਸਰਕਾਰੀ ਮਹਿਕਮੇ ਦੇ ਨਾਲ ਮਿਲ ਕੇ ਹੀ ਕੰਮ ਹੋਣਾ, ਜਾਦੂ ਤੇ ਹੋਣਾ ਨਹੀਂ। ਔਰ ਅਸੀਂ ਆਪਣੇ ਕੰਮ ਲੱਗੇ ਹੋਏ ਹਾਂ, ਜੀ ਔਰ ਹੱਥ ਤੇ ਸਰੋਂ ਤੇ ਜੰਮਣੀ ਨਹੀਂ, ਕੋਈ ਜਾਦੂ ਹੋਣਾ ਨਹੀਂ, ਪਰ ਅਸੀਂ ਆਪਣਾ ਕੰਮ ਕਰੀ ਜਾ ਰਹੇ ਹਾਂ। ਔਰ ਜਦੋਂ ਅਸੀਂ ਕੰਮ ਕਰ ਰਹੇ ਹਾਂ ਉਹ ਰਿਜ਼ਲਟ ਆਉਂਦੇ ਆ। ਮੈਂ ਕਹਾਂਗਾ ਕਿ ਮੈਂ ਜੇ ਲੱਤ ਦੀ ਲਾਡੀ ਦੀ ਵੀ ਗੱਲ ਕਰਾਂ, ਮੇਰਾ 1% ਰੋਲ ਹੈ, ਬਾਕੀ ਰੋਲ ਉਹਦੇ ਚਾਚੇ ਦਾ ਤੇ ਉਹਦੇ ਪਾਪਾ ਦਾ, ਉਹਨਾਂ ਦੇ ਪਰਿਵਾਰ ਦਾ, ਤੇ ਬਚਿਆ ਰੋਲ ਜਿਹੜਾ ਮਹਿਕਮਿਆਂ ਦਾ। ਤੇ ਕਿਤੇ ਨਾ ਕਿਤੇ ਕੋਈ ਚੰਗੇ ਅਫਸਰ ਕੋਲ ਜਦੋਂ ਫਾਈਲ ਪਹੁੰਚਦੀ ਹੈ, ਉਹਨੂੰ ਤਰਸ ਆਉਂਦਾ ਤੇ ਉਹ ਫਾਈਲ ਅੱਗੇ ਮੂਵ ਹੁੰਦੀ ਹੈ, ਤੇ ਉੱਤੇ ਐਕਸ਼ਨ ਹੁੰਦਾ। ਔਰ ਇਸੇ ਤਰ੍ਹਾਂ ਹੀ ਹਰਚਰਨ ਪੀਵੀਪੀ ਦੁਆਰੇ ਕੇਸ ਵੀ ਆਪਣੇ 3-4 ਚੱਕਰ ਲੱਗ ਚੁੱਕੇ, ਹੁਣ ਅਗਲਾ ਚੱਕਰ ਦੀ ਤਿਆਰੀ ਹੈ ਮੇਰੀ। ਜਿੱਦਾਂ ਹੀ ਹੁਣ ਇਹ ਮੰਨ ਲਓ ਲਖਨਊ ਜਾਣਾ ਪੈਣਾ ਜਾਂ ਕੁਛ ਵੀ ਕਰਨਾ ਪੈਣਾ, ਤੇ ਮੇਰੇ 3 ਦਿਨ ਲੱਗਣੇ ਆ, ਔਰ ਹੁਣ ਮੈਂ ਜਾਣ ਦੀ ਤਿਆਰੀ ਚ ਹਾਂ ਜੀ। ਔਰ ਅਫਸੋਸ ਇਹ ਹੈ ਕਿ ਲੋਕ ਨਾ ਗੱਲਾਂ ਕਰਦੇ ਨੇ ਘਰ ਬਹਿ ਕੇ, ਕਿਸੇ ਨੇ ਇੱਕ ਅੱਜ ਤੱਕ ਨਹੀਂ ਕਿਹਾ ਵੀ ਆਓ ਮੈਂ ਤੁਹਾਡੇ ਨਾਲ ਚੱਲਦਾ, ਭਾਜੀ ਮੈਂ ਤੁਹਾਡੇ ਮੈਂ ਗੱਡੀ ਚਲਾ ਦੂੰਗਾ, ਪੱਲੇ ਉਹ ਮੇਰੇ ਫੇਰ ਖਰਚ ਕੇ ਵੀ ਸਲਾਹਾਂ ਦੇਣ ਨੂੰ ਬਹੁਤ ਅਕਲ ਦਿੰਦੇ ਨੇ, ਪਰ ਪੱਲੇ ਕੁਛ ਨਹੀਂ ਹੈ ਮੈਨੂੰ। ਮੈਂ ਕਲੀਅਰ ਕਹਿੰਦਾ ਕਿ ਕੁਛ ਇਹੋ ਜਿਹੇ ਬਾਥਰੂਮ ਐਡਵਾਈਜ਼ਰ ਜਿਹੜੇ ਹੈ ਨਾ, ਉਹ ਉਲਟਾ ਮੈਨੂੰ ਨਾਰਾਜ਼ ਕਰਦੇ ਨੇ। ਜਿਹਨੂੰ ਜ਼ਿਆਦਾ ਚਲਦੀ ਉਹ ਆਪ ਕੰਮ ਕਰ ਲਵੇ, ਜਿਹੜਾ ਕਹਿੰਦਾ ਕਿ ਮੈਂ ਰਾਤੋਂ ਰਾਤ ਕਰ ਦੂੰ, ਸੁਨੀਲ ਮੱਲਣ ਨੂੰ ਨਹੀਂ ਆਉਂਦਾ, ਤੇ ਮੈਂ ਬੁੱਧੂ ਆਦਮੀ ਆ, ਮੈਨੂੰ ਸੱਚੀ ਮੁੱਚੀ ਨਹੀਂ ਆਉਂਦਾ, ਤੇ ਜਿਹਨੂੰ ਆਉਂਦਾ ਉਹ ਕਰ ਲਵੇ। ਫਿਰ ਅੱਗੇ ਆ ਕੇ ਜਿਹੜੇ ਫਾਲਤੂ ਦੇ ਕਮੈਂਟ ਲਿਖਦੇ ਨੇ, ਗਾਲਾਂ ਲਿਖਦੇ ਨੇ, ਬੇਵਕੂਫ ਲੋਕ, ਉਹਨਾਂ ਦੇ ਮਾਂ ਪਿਓ ਨੇ ਸੰਸਕਾਰ ਭਾਜੀ ਉਹਨਾਂ ਨੂੰ ਉਹ ਜਿਹੇ ਦਿੱਤੇ ਨੇ। ਸਮਝਦਾਰ ਬੰਦਾ ਹਮੇਸ਼ਾ ਹੀ ਗਲਤ ਬੰਦੇ ਨੂੰ ਕੱਟਦਾ, ਪਰ ਠੀਕ ਹੈ, ਮੈਨੂੰ ਫਰਕ ਨਹੀਂ ਪੈਂਦਾ। ਜਦੋਂ ਹਾਥੀ ਆਉਂਦਾ ਬੜੇ ਕੁੱਤੇ ਭੌਂਕਦੇ ਨੇ, ਸੋ ਕਈ ਆਈ ਜਾਣੇ ਕਈ ਜਾਈ ਜਾਣੇ, ਪਰ ਸਮਝਦਾਰ ਬੰਦੇ ਉਸ ਚੀਜ਼ ਨੂੰ ਸਲੂਟ ਕਰਦੇ ਨੇ ਕਿ ਬੰਦਾ ਮਿਹਨਤ ਕਰ ਰਿਹਾ। ਜਿੰਨਾ ਕੁ ਮੇਰਾ ਰੋਲ ਹੈ, ਮੈਂ ਕਹੀ ਜਾਂਦਾ ਮੈਂ 1% ਰੋਲ ਹੈ ਮੇਰਾ ਸਿਰਫ, ਮੈਂ ਤਾਂ ਰਿਮਾਇੰਡਰ ਪਾ ਸਕਦਾ, ਮੈਂ ਕਾਨੂੰਨ ਦੱਸ ਸਕਦਾ, ਮੈਂ ਨੋਟਿਸ ਦੇ ਸਕਦਾ, ਜੋ ਮੇਰੀ ਪਾਵਰ ਚ ਹੈ ਉਹ ਮੈਂ ਟਾਈਮਲੀ ਕਰਦਾ, ਉਹ ਮੈਂ ਕਰੀ ਜਾਣਾ ਜਦ ਤੱਕ ਮੇਰੀ ਸਾਹ ਹੈ, ਜਦ ਤੱਕ ਮੇਰਾ ਵਚਨ ਹੈ, ਜਦ ਤੱਕ ਮੇਰੇ ਨਾਲ ਪਰਿਵਾਰ ਜੁੜਿਆ। ਜਿੱਦਾਂ ਪਰਿਵਾਰ ਕਹੇਗਾ ਨਹੀਂ ਵਕੀਲ ਸਾਹਿਬ ਫਾਈਲ ਵਾਪਸ ਕਰਦੇ ਹਾਂ, ਸਮੇਂ ਤੇ ਦਾਂਗੇ ਜੀ, ਆਪਾਂ ਮਤਲਬ ਬੱਜੇ ਤੇ ਹੈ ਨੀ, ਇੱਕ ਵਚਨ ਨਾਲ ਬੱਜੇ ਹਾਂ ਕਿ ਨਹੀਂ ਆਪਾਂ ਮਦਦ ਕਰਨੀ ਹੈ ਪਰਿਵਾਰ ਦੀ। ਪਰ ਆਪਾਂ ਇਹ ਸਹੁੰ ਖਾ ਕੇ ਕਹਿੰਦੇ ਹਾਂ ਨਾ ਲਾਪਰੀ ਤੇ ਲਾਡੀ ਪਰਿਵਾਰ ਤੋਂ, ਤੇ ਨਾ ਹੀ ਹਰਚਰਨ ਪੀਲੀਭੀਤ ਪਰਿਵਾਰ ਤੋਂ ਇੱਕ ਨਿੱਕਾ ਰੁਪਈਆ ਵੀ, ਈਵਨ ਆਉਣ ਜਾਣ ਦਾ ਤੇਲ ਖਰਚਾ ਤੱਕ ਨੀ ਲਿਆ ਹੋਇਆ। ਆਪਣੀ ਜੇਬ ਚੋਂ ਤੇਲ ਖਰਚ ਕੇ ਗਏ ਆ, ਆਪਣੀ ਜੇਬ ਚੋਂ ਰੋਟੀ ਖਰਚ ਕੇ ਗਏ ਆ, ਆਪਣੀ ਜੇਬ ਚੋਂ ਜਿਹੜੇ 4 ਬੰਦੇ ਨਾਲ ਖੜੇ ਆ ਉਹਨਾਂ ਨੂੰ ਰੋਟੀ ਖਵਾਈ ਹੈ। ਹਾਂ, ਉਹਨਾਂ ਨੇ ਆਪਣੇ ਘਰ ਚ ਰੱਖਿਆ ਮੈਨੂੰ ਜਦੋਂ ਮੈਂ ਉੱਥੇ ਗਿਆ ਪੀਲੀਭੀਤ, ਉਹਨਾਂ ਨੇ ਆਪਣੇ ਮਾਸੜ ਜੀ ਦੇ, ਫੁੱਫੜ ਜੀ ਦੇ, ਕਿਸੇ ਦੇ ਘਰ ਰੱਖਿਆ, ਅਸੀਂ ਉਹਨਾਂ ਦੇ ਕਰਜ਼ਦਾਰ ਹਾਂ। ਸਾਨੂੰ ਵਧੀਆ ਰੋਟੀ ਖਵਾਈ ਉਹਨਾਂ ਨੇ, ਵਧੀਆ ਇੱਜ਼ਤ ਦਿੱਤੀ ਹੈ, ਬਹੁਤ ਵਧੀਆ ਪਿਆਰ ਦਿੱਤਾ ਜੀ। ਆਪਾਂ ਮਨਕੀਰ ਤਾਂ ਔਲਖੇੜੇ ਪੰਜਾਬੀ ਸਿੰਗਰ ਨੇ, ਆਪਾਂ ਉਹਨਾਂ ਦੀ ਗੱਲਬਾਤ ਕਰਨ ਤੋਂ ਪਹਿਲਾਂ, ਕਿਉਂਕਿ ਤੁਸੀਂ ਹੁਣ ਜ਼ਿਕਰ ਕੁਝ ਅਜਿਹਾ ਕਰਿਆ, ਆਪਾਂ ਮਨਕੀਰ ਔਲਖ ਬਾਰੇ ਬੋਲਣ ਤੋਂ ਪਹਿਲਾਂ ਇੱਕ ਵਿੱਚ ਕਰ ਤੁਹਾਡੇ ਨਾਲ ਗੱਲ ਕਰਨੀ ਚਾਹਾਂਗੇ। ਲੋਕ ਅਕਸਰ ਇਹ ਕਹਿ ਰਹੇ ਨੇ, ਕਮੈਂਟਾਂ ਦੇ ਵਿੱਚ ਕਿਹਾ ਜਾਂਦਾ ਕਿ ਸੁਨੀਲ ਮੱਲਣ ਜਿਹੜਾ ਇਹ ਬਿਨਾਂ ਮਤਲਬ ਤੋਂ ਨਹੀਂ ਵਿੱਚ ਘੁੰਮ ਰਿਹਾ, ਬਿਨਾਂ ਮਤਲਬ ਤੋਂ ਇਨਵੋਲਵ ਨਹੀਂ ਹੋ ਰਿਹਾ ਹੈਗਾ, ਦੋਨੇ ਧਿਰਾਂ ਤੋਂ ਪੈਸੇ ਲਏ ਜਾਂਦੇ ਨੇ, ਕੁਝ ਅਜਿਹੇ ਵੀ ਕਮੈਂਟ ਹੁੰਦੇ ਨੇ। ਹਾਲਾਂਕਿ ਕਿਸੇ ਨੇ ਕਦੇ ਕੈਮਰੇ ਦੇ ਸਾਹਮਣੇ ਨਹੀਂ ਅਜਿਹਾ ਦੋਸ਼ ਲਾਏ, ਪਰ ਕਮੈਂਟਾਂ ਚ ਕਿਤੇ ਨਾ ਕਿਤੇ ਜ਼ਰੂਰ ਕਾਵਾਂ ਦੇ ਕਿਆ ਢੋਲ ਨੀ ਪਾੜਦੇ, ਕੁੱਤਿਆਂ ਦੇ ਭੌਂਕਿਆਂ ਕਿਸੇ ਨੂੰ ਦੰਦੀ ਨੂੰ ਉੱਡਦੀ ਜਾਂਦੀ। ਜਿਹਦੀ ਜਿੰਨੀ ਅਕਲ ਹੈ, ਜਿੰਨੀ ਜਿਹਦੀ ਔਕਾਤ ਹੈ, ਓਨੀ ਗੱਲ ਕਰੇਗਾ। ਇਸ ਕਰਕੇ ਨਾ ਮੈਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ, ਨਾ ਮੈਂ ਇਹੋ ਜਿਹੇ ਬੰਦਿਆਂ ਨੂੰ ਜਵਾਬ ਦੇਣਾ ਪਸੰਦ ਕਰਾਂਗਾ। ਠੀਕ ਹੈ ਜੀ, ਸੋ ਇਹ ਬੇਵਕੂਫਾਂ ਨੂੰ ਜਵਾਬ ਦੇਣਾ ਬਣਦਾ ਹੀ ਨਹੀਂ ਹੈ ਜੀ। ਤੇ ਵਕੀਲ ਸਾਹਿਬ, ਮੈਂ ਉਲਟ ਕਹਿੰਦਾ, ਮੇਰੇ ਤੇ ਦਮ ਹੈ, ਮੈਂ ਪੈਸੇ, 1 ਮਿੰਟ ਭਾਜੀ, ਮੈਂ ਉਲਟ ਕਹਿ ਰਿਹਾ ਕਿ ਜੇ ਮੇਰੇ ਤੇ ਦਮ ਹੈ, ਮੈਂ ਦੋਵਾਂ ਧਿਰਾਂ ਤੋਂ ਪੈਸੇ ਖਾਣ ਦਿਆ, ਜਿੰਨੀ ਲੱਤ ਜਿਹਦੀ ਢਿੱਡ ਪੀੜ ਹੁੰਦੀ ਹੁੰਦੀ ਰਹੇ, ਮੈਂ ਕੀ ਲੈਣਾ ਜੀ ਜੀ। ਜੇ ਮੈਂ ਇਹੋ ਜਿਹਾ ਹੋਵਾਂ ਤੇ ਫਿਰ ਇਹ ਰਿਜ਼ਲਟ ਹੀ ਆਉਣ ਜੀ ਜੀ। ਬਿਲਕੁਲ ਭਾਜੀ, ਗੱਦਿਆਂ ਦੀ ਗੱਲ ਦਾ ਜਵਾਬ ਨਹੀਂ ਦੇਣਾ, ਬੰਦਿਆਂ ਦੀ ਗੱਲ ਦਾ ਜਵਾਬ ਦਿਓ, ਜਿਹੜੇ ਸਿਆਣੇ ਲੋਕ ਹੈ ਉਹਨਾਂ ਦੀ ਗੱਲ ਦਾ ਜਵਾਬ ਦੇਈਦਾ ਜੀ। ਬੇਵਕੂਫਾਂ ਦੀ ਗੱਲ ਦਾ ਨੂੰ ਤਾਂ ਧਿਆਨ ਵੀ ਨਹੀਂ ਦੇਈਦਾ, ਟਾਈਮ ਵੇਸਟ ਹੈ ਆਪਣਾ ਜੀ। ਤੇ ਵਕੀਲ ਸਾਹਿਬ, ਮਨਕੀਰ ਤਾਂ ਔਲਖ ਦੀ, ਜਿਹਨੂੰ ਸਾੜਾ ਲੱਗੇ, ਜਿਹਨੂੰ ਤਕਲੀਫ ਹੋਵੇ, ਉਹਨੂੰ ਹੋਣ ਦਿਓ, ਹੋਰ ਹੋਣ ਦਿਓ, ਉਹਨੂੰ ਕਹੋ ਵੀ ਸਵੇਰੇ ਪਾਣੀ ਵੱਧ ਵਰਤ ਲਈ ਜਿਹੜੀਆਂ ਮਿਰਚਾਂ ਲਾਉਣ ਵਾਸਤੇ। ਜਿੱਦੋਂ ਤੱਕ ਮਨਕੀਰਤ ਔਲਖ ਦੀ ਗੱਲ ਹੈ, ਮਨਕੀਰਤ ਔਲਖ ਆਪਣੇ ਵਕੀਲ ਦੇ ਥਰੂ ਪੇਸ਼ ਹੋ ਗਿਆ, 6 ਅਕਤੂਬਰ ਦੀ ਡੇਟ ਪਈ ਹੈ। ਥੋੜਾ ਇੱਕ ਵਾਰੀ ਤੁਹਾਡੇ ਤੋਂ ਜਾਣਨਾ ਵੀ, ਫਾਈਲ ਕਰਨਗੇ, ਹਾਂ ਤੁਹਾਡੇ ਤੋਂ ਜਾਣਨਾ ਵੀ ਚਾਹੁੰਦਾ ਵੀ ਉਹਨਾਂ ਦਾ ਮੁੱਦਾ ਕੀ ਸੀ, ਇੱਕ ਵਾਰੀ ਫੇਰ ਆਪਣੇ ਦਰਸ਼ਕਾਂ ਨੂੰ ਆਪਾਂ ਦੱਸਣਾ ਚਾਹਾਂਗੇ। ਉਹਨੇ 8 ਰਫਲਾਂ ਵਾਲਾ ਗਾਣਾ ਗਾਇਆ ਸੀ ਨਾ ਜੀ, 8 ਰਫਲਾਂ ਵਾਲਾ ਗਾਣਾ ਗਾਇਆ ਸੀ, ਉਹਦੇ ਚ ਵਕੀਲਾਂ ਬਾਰੇ ਕਿਹਾ ਸੀ, ਚੱਕੀ ਉਹ ਵਕੀਲ ਫਿਰਦੇ, ਕਹਿੰਦਾ ਸੋਹਣੀ ਰਫਲ ਦੇ ਖੋਖੇ,
ਮੈਂ ਸ਼ਰੇਆਮ ਕਹਿੰਦਾ ਵੀ ਰਫਲ ਦਾ ਖੋਖਾ ਇੱਕ ਵਾਰੀ ਖਾਲੀ ਰੱਖ ਕੇ ਵਿਖਾ ਆਪਣੇ ਪਾਸ, ਤੈਨੂੰ ਦੱਸਦੀ ਪਤਾ ਹੁੰਦਾ ਕੀ ਹੈ। ਹਾਲੇ ਮੈਂ ਹਨੀ ਸਿੰਘ ਤੇ ਵੀ ਕੇਸ ਕੀਤਾ ਜੀ, ਮੈਂ ਥੋੜੇ ਦਿਨ ਪਹਿਲਾਂ ਗੰਦਾ ਗਾਣਾ ਗਾਇਆ ਸੀ ਕੋਈ ਪਿੰਡਾਂ ਪੁੰਡਾਂ ਵਾਲਾ, ਉਹਦੇ ਤੇ ਵੀ ਮੈਂ ਐਫ ਆਈ ਆਰ ਦਰਜ ਕਰਾਉਣ ਦੀ ਐਪਲੀਕੇਸ਼ਨ ਦਿੱਤੀ ਗਈ, ਉੱਤੇ ਐਫ ਆਈ ਆਰ ਦਰਜ ਕੀਤੀ ਜਾਵੇ। ਤੇ ਯਾਨੀ ਕਹਿ ਲਈਏ ਕੁਛ ਦਿਨਾਂ ਤੱਕ ਜਾਂ ਕੁਛ ਸਮਾਂ ਜ਼ਰੂਰ ਲੱਗੇਗਾ, ਜਿਸ ਤਰ੍ਹਾਂ ਪੰਜਾਬੀ ਸੰਗੀਤ ਜਗਤ ਦੇ ਵਿੱਚ ਜਾਂ ਪੰਜਾਬੀ ਸੰਗੀਤ ਹੈ ਉਸਦੇ ਵਿੱਚ ਜਿਸ ਤਰ੍ਹਾਂ ਗਿਰਾਵਟ ਆ ਰਹੀ ਹੈ, ਕਿਤੇ ਨਾ ਕਿਤੇ ਉਸਨੂੰ ਠੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਹੋਵੋ ਜਾਂ ਫਿਰ ਹੋਰ ਜਿਹੜੇ ਸਮਾਜ ਸੇਵੀ ਨੇ, ਉਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇੱਕ ਸੰਗੀਤ ਨੂੰ ਲੈ ਲਈ ਜਿਹੜਾ ਗੰਧਲਾਪਣ ਆ ਗਿਆ, ਵੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਠੀਕ ਹੋਵੇ। ਠੱਲ ਪਏਗੀ ਜੀ, ਠੱਲ ਪਏਗੀ, ਪਰ 100% ਪਏਗੀ ਜਦੋਂ ਇਹ ਵੀ ਸਜ਼ਾ ਤੇ ਪਹੁੰਚਣਗੇ। ਇੱਕ ਅੱਧੇ ਦੀ ਸਜ਼ਾ ਨਾ ਉਸ ਹੋ ਜਾਏਗੀ ਨਾ, ਬੜਿਆਂ ਨੂੰ ਅੱਜ ਵੀ ਕਈ ਪੱਤਰਕਾਰ ਵੀਰ ਮੈਨੂੰ ਕਹਿੰਦੇ ਨੇ, ਕਹਿੰਦੇ ਮੱਲਣ ਸਾਹਿਬ ਤੁਹਾਡੇ ਨਾਂ ਦੀ ਨਾ ਦਹਿਸ਼ਤ ਹੈ ਹੁਣ ਉਹਨਾਂ ਲੋਕਾਂ ਚ, ਜੇ ਅਸੀਂ ਕੋਈ ਗਲਤ ਗਾਣਾ ਗਲਤ ਸੀਨ ਕੱਢਿਆ ਤੇ ਇੱਕ ਬੰਦਾ ਸ਼ਾਇਦ ਪਾਗਲ ਹੋ ਗਿਆ, ਉਹ ਸਾਨੂੰ ਫੇਰ ਸਾਡੇ ਤੇ ਕੇਸ ਕਰ ਦੇਗਾ। ਪਰ ਅਦਾਲਤ ਇੱਕ ਐਸੀ ਜਗ੍ਹਾ ਹੈ ਜਿੱਥੇ ਦੋਨਾਂ ਨੂੰ ਨਿਆਂ ਮਿਲਣਾ, ਮੈਨੂੰ ਵੀ ਮਿਲਣਾ ਤੇ ਸਾਹਮਣੇ ਵਾਲੇ ਨੂੰ ਮਿਲਣਾ, ਠੀਕ ਹੈ ਜੀ, ਔਰ ਦੋਨਾਂ ਨੂੰ ਪੂਰਾ ਮੌਕਾ ਮਿਲਣਾ ਆਪਣਾ ਪੱਖ ਰੱਖਣ ਦਾ, ਤੇ ਪੱਖ ਰੱਖ ਕੇ ਅਸੀਂ ਆਪਣਾ ਕੰਮ ਕਰਾਵਾਂਗੇ ਜੀ। ਇਹ ਗੱਲ ਤੇ ਦੇਖੋ ਸਾਡੇ ਜੁਡੀਸ਼ੀਅਲ ਅਫਸਰ ਵੀ ਜਾਣਦੇ ਆ, ਈਵਨ ਸਿੰਗਰ ਵੀ ਜਾਣਦੇ ਕਿ ਅਸੀਂ ਗੰਦ ਬੋਲਿਆ, ਉਹਦਾ ਜਵਾਬ ਕੀ ਦੇਵਾਂਗੇ। ਸੋ ਸੱਚ ਤੇ ਸੱਚ ਰਹਿਣਾ ਨਾ, ਮੁੱਕਰ ਤੇ ਸੱਕਦੇ ਨੀ ਜੀ, ਮੁੱਕਰਨਗੇ ਤੇ ਮਰਨਗੇ ਜੀ। ਤੇ ਵਕੀਲ ਸਾਹਿਬ ਸਵਾਲ ਹੋਰ ਵੀ ਬੜੇ ਸਨ, ਪਰ ਤੁਸੀਂ ਕਾਫੀ ਸਮਾਂ ਦਿੱਤਾ, ਆਪਣਾ ਸਮਾਂ ਕੱਢਿਆ। ਹਾਂਜੀ ਹਾਂਜੀ, ਤੇ ਇਹਨਾਂ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਇਹ ਕਿ ਤੁਹਾਨੂੰ ਵੀ ਗੱਲ ਕਹੂੰਗਾ ਕਿ ਜਿਹੜੇ ਬੰਦੇ ਫਾਲਤੂ ਗੰਦੇ ਘਟੀਆ ਕਮੈਂਟ ਕਰਦੇ ਨਾ, ਉਹਨਾਂ ਦੇ ਤਰਸ ਖਾਇਆ ਕਰੋ, ਉਹਨਾਂ ਨੂੰ ਕੁਛ ਨਾ ਕਿਹਾ ਕਰੋ। ਉਹਨਾਂ ਦੀ ਐਜੂਕੇਸ਼ਨ, ਉਹਨਾਂ ਦੇ ਮਾਂ ਬਾਪ ਦੀ ਪਰਵਰਿਸ਼, ਉਹਨਾਂ ਨੂੰ ਪੜ੍ਹਾਇਆ ਲਿਖਾਇਆ ਉਹਨਾਂ ਕੀ ਗਿਆ, ਉਹ ਉਹਨਾਂ ਹੀ ਕੰਮ ਕਰਨਗੇ। ਉਸ ਤੋਂ ਬਾਅਦ ਉਹਨਾਂ ਕੋਲ ਉਮੀਦ ਵੀ ਨਾ ਕਰੋ, ਜਿਵੇਂ ਖੋਤੇ ਕੋ ਖੋਤੇ ਦੇ ਕੰਮ ਦੀ ਉਮੀਦ ਕਰੋ, ਕੁੱਤੇ ਕੋ ਕੁੱਤੇ ਦੇ ਕੰਮ ਦੀ ਉਮੀਦ ਕਰੋ। ਸੋ ਇਸ ਤਰ੍ਹਾਂ ਹੀ ਨਾ, ਜਿਹੜੇ ਬੇਵਕੂਫ ਨੇ ਉਹਨਾਂ ਕੋਲ ਬੇਵਕੂਫੀ ਦੀ ਉਮੀਦ ਕਰੋ, ਉਸ ਤੋਂ ਅੱਗੇ ਉਮੀਦ ਕਰੋਗੇ ਤੁਸੀਂ ਫਿਰ ਬੇਵਕੂਫ ਬਣ ਜੂਗੇ, ਉਹਨਾਂ ਦਾ ਕੁਛ ਨਹੀਂ ਜਾਣਾ, ਤੁਸੀਂ ਡੀਵੈਲੂਏਟ ਹੁੰਦੇ ਹੋ। ਸੋ ਮੇਰੇ ਕੋਲ ਵੀ ਕਈ ਆਉਂਦੇ ਨੇ, ਆਪਾਂ ਇਗਨੋਰ ਕਰੀਦਾ, ਉਹ ਕਹਿੰਦੇ ਫੇਮ ਖੱਟਣ ਲਈ ਮੇਰੀ ਤੂੰ ਕਰ ਲੈ, ਤੈਨੂੰ ਕਿਹੜੀ ਬਾਂਹ ਫੜੀ ਕਿਸੇ ਨੇ ਤੇਰੀ, ਉਹ ਕਹਿੰਦਾ ਤੂੰ ਪੈਸੇ ਖਾ ਲਿਆ, ਤੂੰ ਤੂੰ ਖਾ ਲਾ ਭਾਈ ਸੱਜਣਾ, ਤੇਰੀ ਕਿਸੇ ਨੇ ਬਾਂਹ ਫੜੀ ਕਿ ਤੈਨੂੰ ਕਿਸੇ ਨੇ ਰੋਕਿਆ, ਕਾਬਲੀਅਤ ਲਿਆ ਕਰ ਲੈ। ਸੋ ਇਸ ਕਰਕੇ ਨਾ ਵਰੀ ਨੀ ਕਰਨੀ ਭਾਜੀ ਜੀ, ਇਸ ਤੇ ਬੇਅੰਤ ਕੌਰ ਕੇਸ ਏ ਜਾਂ ਹਰਚਰਨ ਯੂਪੀ ਵਾਲਾ ਕੇਸ ਏ, ਤਾਂ ਬੜੀ ਦੇਰ ਤੋਂ ਕੁਛ ਲੋਕ ਉਹ ਵੀ ਨੇ ਜਿਹੜੇ ਸੱਚਮੁੱਚ ਚੰਗੀ ਤਬੀਤ ਦੇ ਮਾਲਕ ਹੁੰਦੇ ਨੇ, ਪਰ ਉਹਨਾਂ ਨੂੰ ਕਈ ਵਾਰ ਇਸ ਤਰ੍ਹਾਂ ਹੋ ਜਾਂਦੀ ਹੈ, ਪੁੱਛਦੇ ਨੇ। ਹਾਂ ਜੀ ਜੀ, ਬੜੇ ਪਿਆਰ ਨਾਲ ਪੁੱਛਦੇ ਨੇ, ਉਹਨਾਂ ਨੂੰ ਜਵਾਬ ਵੀ ਦੇਗਾ, ਫੋਨ ਵੀ ਆਉਂਦੇ ਨੇ ਕਈਆਂ ਦੇ। ਮੈਂ ਇੱਕੋ ਗੱਲ ਕਹਿੰਦਾ ਵੀਰ ਜੀ, ਮੈਂ ਤੁਹਾਨੂੰ ਪਰਸਨਲੀ ਜਾਣਦਾ ਨੀ, ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਮੈਂ ਕੀ ਕੀਤਾ ਜਾਂ ਕੀ ਕਰ ਰਿਹਾ, ਪਰ ਜੋ ਵੀ ਹੋਏਗਾ ਮੀਡੀਆ 'ਚ ਤੁਹਾਨੂੰ ਦਿਖ ਦੇਗਾ, ਮੇਰੇ ਯੂਟਿਊਬ ਚੈਨਲ ਤੇ ਦੇਖ ਲਓ, ਕਿਸੇ ਜਿਹੜੇ 'ਤੇ ਵੀ ਮੈਂ ਇੰਟਰਵਿਊ ਦਿੰਦਾ ਉੱਥੇ ਦੇਖ ਲਓ, ਤੁਹਾਨੂੰ ਉੱਥੇ ਦੱਸਾਂਗਾ, ਮੈਂ ਤੁਹਾਨੂੰ ਪਰਸਨਲੀ ਕੁਛ ਵੀ ਨਹੀਂ ਦੱਸਾਂਗਾ, ਸੋਰੀ ਜੀ ਜੀ। ਪਰ ਅੱਜ ਵੀ ਮੈਂ ਸ਼ਰੇਆਮ ਕਹਿੰਦਾ ਮੀਡੀਆ 'ਚ ਤੁਹਾਡੇ ਸਾਹਮਣੇ ਹੀ, ਕਿ ਕਿਸੇ ਦਾ ਪਰਸਨਲ ਫੋਨ ਆਵੇ ਮੈਂ ਇੰਟੀਮੇਸ਼ਨ ਕੋਈ ਨਹੀਂ ਦਿੰਦਾ, ਕਿਉਂਕਿ ਮੇਰਾ ਪ੍ਰੋਫੈਸ਼ਨ ਹੈ ਇਸ ਸੀਕ੍ਰੇਸੀ ਨੂੰ ਮੇਨਟੇਨ ਕਰਨਾ ਜੀ। ਵਕੀਲ ਸਾਹਿਬ, ਜੇ ਕੋਈ ਇਨਸਾਨ ਚੰਗਾ ਕਰਦਾ ਹੈ ਸਮਾਜ ਵਾਸਤੇ, ਖਾਸ ਕਰਕੇ ਜਿਵੇਂ ਤੁਸੀਂ ਇਹ ਬੜੀ ਦੂਰ ਬੜੇ ਦੂਰ ਲੰਬੇ ਪੈਂਡੇ ਨੇ, ਆਪਾਂ ਨੂੰ ਕਹਿ ਦੇਣਾ ਬੜਾ ਸੌਖਾ ਹੁੰਦਾ ਹੈ ਕਿ ਜਿਵੇਂ ਪੀਲੀ ਭੀਤ ਉਧਰ ਪਹੁੰਚਣਾ ਜਾਂ ਫਿਰ 13 ਘੰਟੇ ਦਾ ਸਫ਼ਰ ਹਾਂ, ਤੇ ਉਸਦੇ ਵਿੱਚ ਕੋਈ ਫੀਸ ਵੀ ਨਾ ਲੈਣਾ, ਤੇ ਆਪਣੇ ਆਪ ਦਾ ਸਫ਼ਰ ਹੈ, ਸੜਕ ਦੇ ਲੋਕੀ ਬੰਦੂਕਾਂ ਲੈ ਕੇ ਖੜੇ ਹੁੰਦੇ ਨੇ ਜੀ, ਬਿਲਕੁਲ, ਤੇ ਆਪਣੇ ਆਪ ਜੀ ਇੱਕ ਸੇਵਾ ਜੀ ਖਤਰੇ ਖਤਰੇ ਜਾ ਇਹ ਇਹ ਮਹਾਰਾਜ ਨੇ ਜਿਹੜਾ ਦਸਵੰਧ ਕੱਢਣ ਦੀ ਗੱਲ ਕੀਤੀ ਹੈ ਨਾ ਜੀ, ਮੇਰਾ ਦਸਵੰਧ ਕੱਢਣ ਦਾ ਤਰੀਕਾ ਇਹ ਹੈ ਕਿ ਮੈਂ ਇਹੋ ਜਿਹੇ ਬੰਦਿਆਂ ਦੀ ਮਦਦ ਕਰਦਾ ਜਿਨ੍ਹਾਂ ਕੋਲੋਂ ਜਿਨ੍ਹਾਂ ਨਾਲ ਧੱਕਾ ਹੋ ਰਿਹਾ ਜੀ, ਤੇ ਜੇ ਉਹੀ ਮੇਰਾ ਮਤਲਬ ਕਿਸੇ ਚੰਗੇ ਥਾਂ ਤੇ ਲੱਗ ਜੇ, ਮੇਰੀ ਔਲਾਦ ਚੰਗੀ ਨਿਕਲ ਆਊਗੀ, ਮੇਰਾ ਮੈਨੂੰ ਸਿੱਧਕ ਮਿਲੂਗਾ, ਇਹੋ ਹੀ ਪ੍ਰਮਾਤਮਾ ਦਾ ਆਸ਼ੀਰਵਾਦ ਹੈ, ਹੋਰ ਆਪਾਂ ਨੂੰ ਕੀ ਚਾਹੀਦਾ ਜੀ। ਜੀ ਬਿਲਕੁਲ ਜੀ, ਆਪਾਂ ਨੂੰ ਤੇ ਲੋਕ ਚੰਗੇ ਪ੍ਰਮਾਤਮਾ ਦਾ ਦਿੱਤਾ ਆਸ਼ੀਰਵਾਦ ਚਾਹੀਦਾ, ਮਿਲਦਾ ਰਹੇ ਬਸ ਬੜਾ ਜੀ। ਚੰਗਿਆਂ ਨੂੰ ਦੁਨੀਆਂ ਜ਼ਰੂਰ ਸਤਿਕਾਰ ਵੀ ਦਿੰਦੀ ਹੈ, ਚੰਗੇ ਯਾਦ ਵੀ ਰਹਿੰਦੇ ਨੇ, ਤੇ ਕੀਮਤੀ ਸਮਾਂ ਦੇਣ ਲਈ ਵਕੀਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਵੀਰ ਜੀ, ਸ਼ੁਕਰੀਆ ਜੀ, ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਵੀ ਟਾਈਮ ਕੱਢਦੇ ਹੋ ਜੀ, ਤੁਸੀਂ ਵੀ ਚੰਗਾ ਕੰਮ ਕਰ ਰਹੇ ਹੋ, ਔਰ ਤੁਹਾਡੀ ਹਰ ਚੀਜ਼ ਬਿਲਕੁਲ ਸਾਫ਼ ਸੁਥਰੀ ਤੇ ਨੀਟ ਐਂਡ ਕਲੀਨ ਹੁੰਦੀ ਹੈ, ਇਸ ਕਰਕੇ ਕਈਆਂ ਦੀ ਸੀਗੀ ਨਹੀਂ ਸੀ, ਉਹਨਾਂ ਨੂੰ ਆਪਾਂ ਇੰਟਰਵਿਊ ਦੇਣੀ ਬੰਦ ਕਰਤੀ ਜੀ, ਜਿਨ੍ਹਾਂ ਨੇ ਮਿਸਯੂਜ਼ ਕੀਤਾ ਸਾਡੇ ਨਾਂ ਨੂੰ ਜਾਂ ਨੀਅਤ ਖਰਾਬ ਕੀਤੀ,
ਆਪਾਂ ਉਹਨਾਂ ਨੂੰ ਇੰਟਰਵਿਊਜ਼ ਦੇਣੀਆਂ ਬੰਦ ਕਰਤੀਆਂ, ਨਾ ਦਿੱਤੀ, ਪਰ ਅੱਜ ਤੱਕ ਤੁਹਾਡੇ ਨਾਲ ਜੁੜੇ ਹਾਂ, ਅੱਗੋਂ ਵੀ ਜੋ ਅਪਡੇਟ ਆਏਗੀ ਟਾਈਮਲੀ ਤੁਹਾਨੂੰ ਦੇਵਾਂਗੇ। ਜੀ ਦਰਸ਼ਕਾਂ ਨੂੰ ਸੱਚ ਪਹੁੰਚਾਉਣਾ, ਜਿੰਨੀ ਜੋ ਜ਼ਰੂਰਤ ਹੈ ਉਨਾ ਪਹੁੰਚਾਉਣਾ, ਨਾ ਫਾਲਤੂ ਗੱਲ ਕਰਨੀ ਨਾ ਘੱਟ ਕਰਨੀ। ਜੀ, ਬਹੁਤ ਬਹੁਤ ਧੰਨਵਾਦ ਵਕੀਲ ਧੰਨਵਾਦ ਸਾਹਿਬ ਜੀ। ਜੀ। ਜੀ, ਓਕੇ।